ਤਾਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ, ਬੀਜੇਪੀ ਦੇ ਵੱਲੋਂ ਐਮਪੀ ਚੋਣਾਂ ਦੇ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਹਿਮਾਚਲ ਤੋਂ ਦੋ ਉਮੀਦਵਾਰਾਂ ਦਾ ਐਲਾਨ ਕੀਤਾ ਹੈ, ਇੱਕ ਤਾਂ ਮੰਡੀ ਤੋਂ ਕੰਗਣਾ ਰਣੌਤ ਅਤੇ ਕਾਂਗੜਾ ਤੋਂ ਰਾਜੀਵ ਭਾਰਦਵਾਜ। ਤਾਂ ਵੱਡੀ ਖਬਰ ਹੈ, ਮੰਡੀ ਤੋਂ ਬੀਜੇਪੀ ਦੇ ਵੱਲੋਂ ਉਮੀਦਵਾਰ ਐਲਾਨਿਆ ਗਿਆ ਹੈ ਕੰਗਣਾ ਰਣੌਤ ਨੂੰ। ਅਦਾਕਾਰਾ ਕੰਗਣਾ ਰਣੌਤ, ਬਾਲੀਵੁੱਡ ਦੀ ਕੁਈਨ ਆਖਿਆ ਜਾਂਦਾ ਇਸ ਨੂੰ, ਇਹਨਾਂ ਨੂੰ ਹੁਣ ਉਮੀਦਵਾਰ ਐਲਾਨਿਆ ਹੈ ਹਿਮਾਚਲ ਦੇ ਮੰਡੀ ਸੀਟ ਦਾ। ਤਾਂ ਹਿਮਾਚਲ ਦੇ ਵਿੱਚ ਚੋਣਾਂ ਦੇ ਆਖਰੀ ਗੇੜ ਦੇ ਵਿੱਚ ਹਿਮਾਚਲ ਅੰਦਰ ਚੋਣਾਂ ਨੇ ਅਤੇ ਹੁਣ ਮੰਡੀ ਤੋਂ ਸੁਸ਼੍ਰੀ ਕੰਗਣਾ ਰਣੌਤ ਨੂੰ ਬੀਜੇਪੀ ਦੇ ਵੱਲੋਂ ਐਮਪੀ ਉਮੀਦਵਾਰ ਐਲਾਨ ਦਿੱਤਾ ਗਿਆ ਹੈ। ਤਾਂ ਵੱਡੀ ਖਬਰ ਹੈ, ਬੀਜੇਪੀ ਨੇ ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਸੀ। ਕੰਗਣਾ ਰਣੌਤ ਦੀ ਸਿਆਸਤ ਦੇ ਵਿੱਚ ਐਂਟਰੀ ਹੋਈ ਹੈ, ਲਗਾਤਾਰ ਚਰਚਾਵਾਂ ਛਿੜੀਆਂ ਹੋਈਆਂ ਸੀ। ਕੰਗਣਾ ਰਣੌਤ ਵੀ ਕਹਿੰਦੇ ਹੋਏ ਨਜ਼ਰ ਆਏ ਸੀ ਕਿ ਸਾਰਾ ਕੁਝ ਮਾਤਾ ਰਾਣੀ 'ਤੇ ਛੱਡਿਆ ਹੈ। ਤਾਂ ਲਗਾਤਾਰ ਉਮੀਦਾਂ ਲਗਾਈਆਂ ਜਾ ਰਹੀਆਂ ਸੀ ਕਿ ਬੀਜੇਪੀ ਕੰਗਣਾ ਰਣੌਤ ਨੂੰ ਟਿਕਟ ਦੇਵੇਗੀ, ਕਿਉਂਕਿ ਬੀਜੇਪੀ ਕੰਗਣਾ ਰਣੌਤ ਦਾ ਜਿਹੜਾ ਰਿਸ਼ਤਾ ਹੈ, ਕੰਗਣਾ ਰਣੌਤ ਦੇ ਵੱਲੋਂ ਕਈ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ ਇਹਨਾਂ ਦੀ ਤਾਰੀਫ ਕੀਤੀ ਗਈ, ਇਹਨਾਂ ਦੇ ਪੱਖ ਦੇ ਵਿੱਚ ਟਵੀਟ ਪਾਏ ਗਏ। ਪਹਿਲਾਂ ਜਿਵੇਂ ਕਿ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿਸਾਨੀ ਅੰਦੋਲਨ ਹੋਏ ਸੀ, ਕਿਸਾਨ ਅੰਦੋਲਨ ਦੇ ਵਿੱਚ ਜਿਹੜੇ ਕਿਸਾਨ ਸਨ ਉਹਨਾਂ ਬਾਰੇ ਮੰਦਾ ਬੋਲਦੀ ਹੋਈ ਵੀ ਨਜ਼ਰ ਆਈ ਸੀ ਕੰਗਣਾ ਰਣੌਤ, ਜਿਸ ਤੋਂ ਬਾਅਦ ਦਿਲਜੀਤ ਅਤੇ ਕੰਗਣਾ ਦੀ ਕੰਟਰੋਵਰਸੀ ਚੱਲੀ, ਜਿਹੜੇ ਕਿ ਟਵੀਟ ਵਾਰ ਕਹਿ ਸਕਦੇ ਹੋ ਇੱਕ ਦੂਸਰੇ 'ਤੇ, ਜਿਸ ਤੋਂ ਬਾਅਦ ਲਗਾਤਾਰ ਕੰਗਣਾ ਰਣੌਤ ਕਿਸਾਨਾਂ ਦੇ ਵਿਰੁੱਧ ਬੋਲਦੇ ਹੋਏ ਨਜ਼ਰ ਆਏ ਸੀ। ਅਤੇ ਕੰਗਣਾ ਰਣੌਤ ਤੋਂ ਕਈ ਵਾਰ ਸਵਾਲ ਪੁੱਛੇ ਗਏ ਸਨ ਸਿਆਸਤ ਬਾਰੇ ਕਿ ਸਿਆਸਤ ਦੇ ਵਿੱਚ ਉਹਨਾਂ ਦੀ ਐਂਟਰੀ ਕਦੋਂ ਹੋਵੇਗੀ, ਅਤੇ ਉਹਨਾਂ ਦਾ ਜਵਾਬ ਇਹੀ ਹੁੰਦਾ ਸੀ ਕਿ ਸਭ ਕੁਝ ਮਾਤਾ ਰਾਣੀ 'ਤੇ ਛੱਡਿਆ ਹੋਇਆ ਹੈ। ਤਾਂ ਆਪਣੇ ਜਨਮ ਦਿਨ ਮੌਕੇ ਮਾਤਾ ਰਾਣੀ ਦੇ ਮੱਥਾ ਟੇਕਣ ਗਏ ਸੀ, ਤਾਂ ਉੱਥੇ ਕੰਗਣਾ ਰਣੌਤ ਕਹਿੰਦੇ ਹੋਏ ਸੁਣਾਈ ਦਿੱਤੇ ਸੀ ਕਿ ਸਭ ਕੁਝ ਮਾਤਾ ਰਾਣੀ 'ਤੇ ਛੱਡਿਆ ਹੋਇਆ ਹੈ। ਤਾਂ ਹੁਣ ਬੀਜੇਪੀ ਦੇ ਵੱਲੋਂ ਉਹਨਾਂ ਨੂੰ ਮੰਡੀ ਤੋਂ, ਹਿਮਾਚਲ ਦਾ ਕਾਫੀ ਵੱਡਾ ਏਰੀਆ ਹੈ ਮੰਡੀ, ਜਿੱਥੋਂ ਉਹਨਾਂ ਨੂੰ ਐਮਪੀ ਉਮੀਦਵਾਰ ਬੀਜੇਪੀ ਨੇ ਐਲਾਨ ਦਿੱਤਾ ਹੈ। ਤਾਂ ਹਿਮਾਚਲ ਵਾਲਿਆਂ ਦੇ ਲਈ ਵੱਡੀ ਖਬਰ ਹੈ, ਤੁਹਾਨੂੰ ਬੀਜੇਪੀ ਦਾ ਉਮੀਦਵਾਰ ਦਾ ਨਾਮ ਮਿਲ ਗਿਆ ਹੈ ਮੰਡੀ ਤੋਂ, ਅਤੇ ਮੰਡੀ ਤੋਂ ਹੁਣ ਕੰਗਣਾ ਰਣੌਤ ਚੋਣਾਂ ਲੜਨਗੇ। ਮੰਡੀ ਤੋਂ ਐਮਪੀ ਦੀਆਂ ਚੋਣਾਂ ਦੇ ਲਈ ਬੀਜੇਪੀ ਨੇ ਕੰਗਣਾ ਰਣੌਤ ਨੂੰ ਉਮੀਦਵਾਰ ਐਲਾਨਿਆ ਹੈ।